ਰਾਜਾ ਵੜਿੰਗ ਜੀ ਮਖੌਟਾ ਨਹੀਂ ਪਾਉਂਦੇ। ਉਹ ਤਾਂ ਕਹਿੰਦੇ ਨੇ ਕਿ ਬੰਬ ਸੁੱਟ ਦਿਓ, ਸੜਕਾਂ ਇੰਨੀਆਂ ਮਜ਼ਬੂਤ ਬਣਾਤੀਆਂ। ਟੁੱਟੀ ਬੰਬ ਸੁੱਟਣ ਦੀ ਲੋੜ ਨਹੀਂ, ਗੱਡੀ ਨਹੀਂ ਤੁਰਦੀ। ਬਲਜਿੰਦਰ ਕੌਰ ਨੂੰ ਵੱਡਾ ਚਿਹਰਾ ਮੰਨਦੇ ਹੋ? ਉਹ ਕੱਲੀਆਂ ਹੀ ਝੂਠੀਆਂ ਗੱਲਾਂ ਕਰਦੀ। ਉਹ ਇੱਕ ਕੋਈ ਕੰਮ ਕੀਤਾ ਹੋਵੇ ਤਾਂ ਮੈਂ ਮੰਨਾਂ। ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ, ਜੋ ਕਿ ਗਿੱਦੜਵਾਹਾ ਤੋਂ ਮੌਜੂਦਾ ਵਿਧਾਇਕ ਨੇ, ਉਹਨਾਂ ਨੂੰ ਐਲਾਨਿਆ ਗਿਆ ਹੈ। ਜਿਸ ਤੋਂ ਬਾਅਦ ਹੁਣ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ, ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਅਤੇ ਨਾਲ ਹੀ ਉਹਨਾਂ ਦੇ ਪਤਨੀ ਅੰਮ੍ਰਿਤਾ ਰਾਜਾ ਵੜਿੰਗ ਵੱਲੋਂ ਵੀ ਜਿਹੜਾ ਦੌਰੇ ਕੀਤੇ ਜਾ ਰਹੇ ਨੇ ਪਿੰਡਾਂ ਦੇ, ਅਤੇ ਪ੍ਰਚਾਰ ਕੀਤਾ ਜਾ ਰਿਹਾ। ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਮੈਡਮ, ਕਿਵੇਂ ਦੇਖਦੇ ਹੋ ਇਸ ਵਾਰ ਦੇ ਲੋਕ ਸਭਾ ਚੋਣਾਂ ਨੂੰ? ਸਤਿ ਸ਼੍ਰੀ ਅਕਾਲ ਜੀ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਇਹ ਲੋਕਾਂ ਦੀ ਲੜਾਈ ਹੈ, ਇੱਕ ਆਮ ਇਨਸਾਨ ਦੀ ਲੜਾਈ ਹੈ ਰਜਵਾੜੇ ਸ਼ਾਹੀ ਦੇ ਉਲਟ। ਇੱਕ ਆਮ ਇਨਸਾਨ ਦੀ ਬੇਸਿਕ ਜ਼ਰੂਰਤਾਂ ਦੇ ਲਈ, ਆਪਦੀਆਂ ਬੇਸਿਕ ਨੈਸੈਸਿਟੀਜ਼ ਦੀ ਇੱਕ ਲੜਾਈ ਹੈ। ਪਾਣੀ 'ਤੇ ਜਹਾਜ਼ ਚਲਾਉਣ ਵਾਲੇ ਬਾਦਲ, ਕੈਲੀਫੋਰਨੀਆ ਬਣਾਉਣ ਵਾਲੇ ਬਾਦਲ, ਪਲੀਜ਼ ਉਹਨਾਂ ਦਾ ਆ ਕੇ ਜੇ ਕੋਈ ਪਾਰਲੀਮੈਂਟਰੀ ਹਲਕਾ ਵੇਖੇ ਤਾਂ ਇੱਥੋਂ ਦੀਆਂ ਸੜਕਾਂ, ਇੱਥੇ ਲੋਕਾਂ ਕੋਲ ਪੀਣ ਲਈ ਪਾਣੀ ਹੈ ਨਹੀਂ, ਸੜਕਾਂ ਨਹੀਂ ਬਣੀਆਂ ਹੋਈਆਂ ਸਕੂਲਾਂ। ਪਰ ਮੈਮ, ਉਹ ਤਾਂ ਕਹਿੰਦੇ ਨੇ ਕਿ ਬੰਬ ਸਿੱਟ ਦਿਓ, ਸੜਕਾਂ ਇੰਨੀਆਂ ਮਜ਼ਬੂਤ ਬਣਾਤੀਆਂ। ਇਹ ਲੋੜ ਹੀ ਨਹੀਂ, ਜਾਂ ਤਾਂ ਮੈਨੂੰ ਉਹਨਾਂ ਉਹ ਰਾਹ ਨਹੀਂ ਪਤਾ, ਜਾਂ ਤਾਂ ਤੁਸੀਂ ਮੈਨੂੰ ਦੱਸੋ ਕਿ ਕਿੱਥੇ ਬੰਬ ਸੁੱਟੀਏ। ਬੰਬ ਸੁੱਟਣ ਦੀ ਲੋੜ ਨਹੀਂ, ਗੱਡੀ ਨਹੀਂ ਤੁਰਦੀ। ਪਿੰਡਾਂ ਦੇ ਵਿੱਚ ਜਾ ਕੇ ਇੱਕ ਵਾਰੀ ਹਾਲਾਤ ਦੇਖ ਕੇ ਆਓ, ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ। ਇਸ ਵਾਰ ਚੁਣੌਤੀ ਕਿਸ ਨੂੰ ਮੰਨਦੇ ਹੋ, ਕਿਉਂਕਿ ਹੋਰ ਵੀ ਵੱਡੇ ਚਿਹਰੇ ਨੇ ਲੋਕ ਸਭਾ ਬਠਿੰਡਾ ਤੋਂ? ਤੁਸੀਂ ਵੱਡਾ ਚਿਹਰਾ ਕਿਹਨੂੰ ਕਹਿ ਰਹੇ ਹੋ? ਮੈਡਮ, ਸਾਰੇ ਹੀ ਹੈ, ਦੋ ਵਾਰ ਐਮ ਪੀ ਰਹਿ ਚੁੱਕੇ ਨੇ ਅਕਾਲੀ ਦਲ ਦੇ, ਹਰਸਿਮਰਤ ਕੌਰ ਹੈ ਨਾ, ਸੁਖਪਾਲ ਖਹਿਰਾ ਵੀ ਹੈ, ਬਲਜਿੰਦਰ ਕੌਰ ਵੀ ਨੇ। ਬਲਜਿੰਦਰ ਕੌਰ ਨੂੰ ਵੱਡਾ ਚਿਹਰਾ ਮੰਨਦੇ ਹੋ? ਜਿਹੜੇ ਇਨਸਾਨ ਦੀ ਬੈਕਬੋਨ, ਰੀੜ ਦੀ ਹੱਡੀ ਨਾ ਹੋਵੇ, ਉਹਨੂੰ ਮਜ਼ਬੂਤ ਕਿਵੇਂ ਮੰਨਦੇ ਹੋ? ਉਹਨਾਂ ਦੀ ਤਾਂ ਪਾਰਟੀ ਖੇਰੂੰ ਖੇਰੂੰ ਹੋ ਚੁੱਕੀ ਹੈ, ਉਹਨੂੰ ਕਿਵੇਂ ਮੰਨਦੇ ਹੋ ਤੁਸੀਂ? ਪਰ ਮੈਮ, ਆਪਾਂ ਇਹ ਵੀ ਤਾਂ ਨਹੀਂ ਨਾ ਭੁੱਲ ਸਕਦੇ ਕਿ ਜਦੋਂ ਅਸੈਂਬਲੀ ਦੀ ਚੋਣਾਂ ਸੀਗੀਆਂ 17 ਦੇ ਵਿੱਚ, ਤਾਂ 5 ਸੀਟਾਂ ਆਪ ਦੇ ਖੇਮੇ ਦੇ ਵਿੱਚ ਗਈਆਂ ਸੀ। ਇਹ 5 ਸਾਲ ਪਹਿਲੀ ਗੱਲ ਕਰ ਰਹੇ ਹੋ ਜਦੋਂ ਇੱਕ 17 ਦੇ ਵਿੱਚ? ਮੈਮ, ਅੱਛਾ ਹੁਣ ਦੀ ਗੱਲ ਕਰ ਰਹੇ ਹੋ? ਉਦੋਂ ਬਾਅਦ ਪਾਰਟੀ ਖੇਰੂੰ ਖੇਰੂੰ ਹੋ ਚੁੱਕੀ ਹੈ। ਉਹਨਾਂ ਦੀ ਪਾਰਟੀ ਦੇ ਬਣਾਏ MLA ਸੁਖਪਾਲ ਖਹਿਰਾ, ਜਿਹੜਾ ਕਿ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਸਨ ਪੰਜਾਬ ਦੇ ਵਿੱਚ, ਉਹਨਾਂ ਨੇ ਪਾਰਟੀ ਬਦਲ ਕੇ ਅੱਜ ਉਹ ਕਿਸੇ ਹੋਰ ਪਾਰਟੀ ਤੋਂ MP ਦੀ ਚੋਣ ਲੜ ਰਹੇ ਨੇ, ਅਤੇ ਇੱਕ ਟਾਈਮ 'ਤੇ ਪਾਰਟੀ ਦੇ ਪ੍ਰਧਾਨ ਰਹੇ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਗਾਲਾਂ ਕੱਢ ਰਹੇ ਨੇ, ਉਹਨਾਂ ਦੀ ਪਾਰਟੀ ਦੇ ਪ੍ਰਧਾਨ ਨੇ ਨਾ। ਕੀ ਪੁੱਛਦੇ ਹੋ ਤੁਸੀਂ? ਮੈਮ, ਦੋ ਵਾਰ ਹਰਸਿਮਰਤ ਕੌਰ ਮੈਡਮ ਵੀ ਰਹਿ ਚੁੱਕੇ ਨੇ, ਉਹਨਾਂ ਨੂੰ ਕਿੰਨਾ ਕੁ ਵੱਡਾ ਕੰਪੀਟੀਟਰ ਮੰਨਦੇ ਹੋ? ਦੇਖੋ, ਇਹ ਸੱਚ ਦੀ ਲੜਾਈ ਹੈ ਝੂਠ ਦੇ ਉਲਟ। ਇੱਕ ਸੱਚੇ ਇਨਸਾਨ ਦੇ ਨਾਲ ਝੂਠ ਦਾ ਕੋਈ ਮੁਕਾਬਲਾ ਨਹੀਂ। ਉਹ ਕੱਲੀਆਂ ਹੀ ਝੂਠੀਆਂ ਗੱਲਾਂ ਕਰਦੀ। ਉਹ ਇੱਕ ਕੋਈ ਕੰਮ ਕੀਤਾ ਹੋਵੇ ਤਾਂ ਮੈਂ ਮੰਨਾਂ। ਰਾਜਾ ਜੀ ਕੇਵਲ ਇੱਕ MLA ਨੇ ਗਿੱਦੜਵੇ ਦੇ ਹਲਕੇ ਤੋਂ, ਅਤੇ ਇੱਕ MLA ਹੋਣ ਦੇ ਤੌਰ 'ਤੇ ਜੋ 2.5 ਸਾਲਾਂ ਦੇ ਵਿੱਚ ਕੰਮ ਕੀਤੇ, ਆਈ ਵਿਸ਼ ਉਹਨੇ ਇੱਕ ਕੰਮ ਜੇ ਇਹਨਾਂ 9 ਹਲਕਿਆਂ 'ਚੋਂ ਹੀ ਕੀਤੇ ਹੁੰਦੇ ਨਾ ਬੀਬਾ ਜੀ ਨੇ ਮਗਰਲੇ 10 ਸਾਲਾਂ ਦੇ ਵਿੱਚ, ਤਾਂ ਵੀ ਲੱਖ ਮੰਨਦੇ ਸੀ। ਮੈਮ, ਕਹਿੰਦੇ ਨੇ ਕਿ ਇੱਕ ਪਤੀ ਨੂੰ ਪਤਨੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਨਾ, ਲਾਈਫ ਪਾਰਟਨਰ ਸਾਰੀ ਚੀਜ਼ਾਂ ਜਾਣਦਾ ਹੈ ਨਾ। ਕਈ ਵਾਰ ਤੁਸੀਂ ਦੇਖਿਆ ਹੋਵੇਗਾ ਵੜਿੰਗ ਸਾਹਿਬ ਵੱਲੋਂ ਕਈ ਵਿਵਾਦਿਤ ਸਟੇਟਮੈਂਟਾਂ ਆ ਚੁੱਕੀਆਂ ਨੇ, ਤੁਹਾਨੂੰ ਕਿਵੇਂ ਲੱਗਦਾ ਕਿ ਗਲਤ ਹੁੰਦਾ ਜਾਂ ਕਿਵੇਂ ਦੇਖਦੇ ਤੁਸੀਂ? ਦੇਖੋ, ਜਦੋਂ ਆਪਾਂ ਪਰਿਵਾਰ ਦੇ ਵਿੱਚ ਬੈਠੇ ਹੁੰਦੇ ਹਾਂ, ਜਿੱਥੇ ਕੋਈ ਚੰਗੀ ਗੱਲ ਕੀਤੀ ਜਾਂਦੀ ਹੈ, ਉੱਥੇ ਹਾਸੇ ਮਜ਼ਾਕ ਦੇ ਵਿੱਚ ਕੋਈ ਲਾਈਟਰ ਵੇਨ ਦੇ ਵਿੱਚ ਵੀ ਗੱਲ ਕੀਤੀ ਜਾਂਦੀ ਹੈ। ਰਾਜਾ ਵੜਿੰਗ ਜੀ ਮਖੌਟਾ ਨਹੀਂ ਪਾਉਂਦੇ, ਕੋਈ ਉਹਨਾਂ ਦੇ ਚਿਹਰੇ 2 ਨਹੀਂ, ਜੋ ਅੰਦਰ ਹੈ ਉਹ ਹੀ ਬਾਹਰ ਹੈ। ਇਹ ਨਹੀਂ ਕਹਿੰਦੇ, ਝੂਠੀਆਂ ਗੱਲਾਂ ਨਹੀਂ ਕਰਦੇ ਬੇਸਿਕਲੀ। ਘਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਚੱਲਦੀ ਹੈ? ਹਾਸਾ ਮਜ਼ਾਕ ਕਿਹਦੇ ਘਰ ਵਿੱਚ ਨਹੀਂ ਹੁੰਦਾ? ਜਿਹਦੇ ਘਰ ਵਿੱਚ ਨਹੀਂ ਹੁੰਦਾ ਉਹ ਘਰ ਨਹੀਂ, ਮੈਂ ਨਹੀਂ ਮੰਨਦੀ। ਜਿੱਥੇ ਹਾਸਾ ਖੇਡਾ ਨਹੀਂ ਉਹ ਘਰ ਨਹੀਂ, ਅਤੇ ਬੇਸਿਕਲੀ ਵਿਰੋਧੀ ਧਿਰਤਾ ਇਸ ਗੱਲ ਨੂੰ ਚੱਕ ਲੈਂਦਾ ਨਾ, ਉਹ ਤਾਂ ਘੇਰ ਦੇਣੀ। ਆਈ ਡੋਂਟ ਕੇਅਰ ਵਿਰੋਧੀ ਧਿਰ ਤੱਕੀ ਜਾਵੇ, ਸਾਡਾ ਬੇਸਿਕਲੀ ਜਿਹੜਾ ਕੰਮ ਹੈ ਉਹ ਲੋਕਾਂ ਨੂੰ ਪਾਈਆਂ ਵੋਟਾਂ ਦਾ ਮੁੱਲ ਮੋੜਨਾ ਹੈ। ਜੋ ਇੱਕ ਲੀਡਰ ਦੀ ਜ਼ਿੰਮੇਵਾਰੀ ਹੈ, ਉਹ ਆਪਦੇ ਹਲਕੇ ਦਾ ਵਿਕਾਸ ਕਰਨਾ, ਆਪਦੇ ਵਰਕਰਸ ਦੇ ਨਾਲ ਖੜਨਾ, ਜੋ ਉਹਦੀ ਜ਼ਿੰਮੇਵਾਰੀ ਹੈ। ਰਾਜਾ ਜੀ ਆਪਦੀਆਂ ਜ਼ਿੰਮੇਵਾਰੀਆਂ ਤੋਂ ਕਦੀ ਭੱਜੇ ਨਹੀਂ, ਅਤੇ ਇੱਕ ਲੀਡਰ ਬਣ ਕੇ ਨਹੀਂ, ਆਪਦੇ ਹਲਕੇ ਦੇ ਵਿੱਚ ਇੱਕ ਪੁੱਤ ਬਣ ਕੇ। ਮੈਡਮ, ਇੱਕ ਲੇਟੈਸਟ ਸਟੇਟਮੈਂਟ ਆਈ ਸੀ ਉਹਨਾਂ ਦੀ, ਤੁਸੀਂ ਸੁਣੀ ਵੀ ਹੋਏਗੀ ਹੈ ਨਾ, ਕਹਿ ਰਹੇ ਨੇ ਕਿ 80 ਵਰਿਆਂ ਦੇ ਜਿਹੜੇ ਬਜ਼ੁਰਗ ਨੇ, ਸ਼ਮਸ਼ਾਨ ਘਾਟ ਇੱਦਾਂ ਦੇ ਬਣਾ ਦੇਣਗੇ ਕਿ ਮਰਨ ਨੂੰ ਦਿਲ ਕਰੇਗਾ ਉਹਨਾਂ ਦਾ, ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਸਹੀ ਹੈ ਇਹ ਜਾਂ ਗਲਤ ਹੈ? ਦੇਖੋ, ਜਦੋਂ ਰਾਜਾ ਜੀ ਨੇ ਇਹ ਗੱਲ ਆਖੀ, ਉਹਦਾ ਮਤਲਬ ਇਹ ਹੈ ਕਿ ਇੰਨੇ ਸੋਹਣੇ ਸ਼ਮਸ਼ਾਨ ਘਾਟ ਬਣਾਏ ਹੈ ਕਿ ਉੱਥੇ ਜਾ ਕੇ ਬੰਦੇ ਦਾ ਜੀ ਕਰੂਗਾ। ਜਿਹੜੀ ਗੱਲ ਸੁਣ ਕੇ ਸਾਰੇ ਬਜ਼ੁਰਗ ਜਿੰਨੇ ਬੈਠੇ ਸੀ ਉਹ ਹੱਸਣ ਲੱਗ ਪਏ, ਪਰ ਜੇ ਮੀਡੀਆ ਨੇ ਗੱਲ ਚੱਕਣੀ ਹੈ ਤਾਂ ਕੁਝ ਵੀ ਕਹਿ ਦੇਣਾ। ਇੱਥੇ ਬਾਦਲਾਂ ਨੇ ਸੜਕਾਂ ਨਹੀਂ ਬਣਾਈਆਂ, ਅਸੀਂ ਸੜਕਾਂ ਕੀ, ਸਕੂਲ ਕੀ, ਹਸਪਤਾਲ ਕੀ, ਇੱਥੋਂ ਤੱਕ ਕਿ ਸ਼ਮਸ਼ਾਨ ਘਾਟ ਬਣਾਤੇ, ਇੱਕ ਇੱਕ ਚੀਜ਼ ਬਣਾਈ। ਪਲੀਜ਼ ਤੁਸੀਂ ਉਹਦਾ ਨਾ, ਮੇਰੀ ਤੁਹਾਨੂੰ ਰਾਏ ਹੈ ਕਿ ਉਹਦਾ ਪੋਜ਼ਿਟਿਵ ਸਾਈਡ ਵੇਖਿਆ ਕਰੋ। ਜਿਹੜੇ ਕੰਮ ਕੀਤੇ ਹੈ, ਸ਼ਮਸ਼ਾਨ ਘਾਟ ਬਣਾਈ ਹੈ ਤਾਂ ਕਿਸੇ ਨੇ ਨਹੀਂ ਵੇਖਿਆ, ਜਿਹੜਾ ਪੈਸਾ ਲਾਇਆ ਉਹ ਕਿਸੇ ਨੇ ਨਹੀਂ ਵੇਖਿਆ,
ਜਿਹੜੀ ਉਸ ਚੀਜ਼ ਦੇ ਬਟ ਠੀਕ ਹੈ ਤੁਹਾਡੀ ਗੱਲ ਕਿ ਮੀਡੀਆ ਚੱਕਦੀ ਹੈ ਪਰ ਮੀਡੀਆ ਇਹ ਕਹਿਣ ਨੂੰ ਤਾਂ ਨਹੀਂ ਕਹਿੰਦੀ ਰਾਜਾ ਵੜਿੰਗ ਨੂੰ ਕਿ ਤੁਸੀਂ ਇਹ ਬੋਲੋ ਇਹ ਸਟੇਟਮੈਂਟ ਦਿਓ ਵੀਡੀਓ ਵਾਇਰਲ ਕਰੋ ਤੇ ਰਾਜਾ ਵੜਿੰਗ ਨੂੰ ਇਹ ਵੀ ਨਹੀਂ ਕਹਿੰਦੀ ਕਿ ਤੁਸੀਂ ਕੰਮ ਕਰੋ ਇਹ ਕਿਸੇ ਨੇ ਇਹ ਵੀ ਨਹੀਂ ਆ ਕੇ ਕਿਹਾ ਕਿ ਭਾਈ ਸ਼ਮਸ਼ਾਨ ਘਾਟ ਬਣਾਉਣ ਦੀ ਲੋੜ ਹੈ ਕਿਸੇ ਨੇ ਇਹ ਨਹੀਂ ਆਖਿਆ ਕਿ ਹਰੇਕ ਸਕੂਲ ਦੇ ਵਿੱਚ ਪੈਸਾ ਲਾਓ ਹਰ ਸਕੂਲ ਨੂੰ ਤਰੱਕੀ ਰੋਲ ਮਾਡਲ ਹੋਰ ਵੀ ਬਹੁਤ ਨੇ ਮੈਮ ਹੈ ਨਾ ਜਿਮ ਨੇ ਹੈ ਨਾ ਸਕੂਲ ਕਾਲਜਸ ਨੇ ਹੈ ਨਾ ਇਸ ਤਰ੍ਹਾਂ ਦੀ ਇੱਕ ਸਟੇਟਮੈਂਟ ਸਹੀ ਮੰਨਦੇ ਸੀ ਦੇਖੋ ਜਿਹੜੀ ਚੀਜ਼ ਲਾਈਟਰ ਵੇਨ ਦੇ ਵਿੱਚ ਕਹੀ ਜਾਂਦੀ ਹੈ ਉਹਨੂੰ ਲਾਈਟਰ ਵੇਨ ਦੇ ਵਿੱਚ ਲਈਏ ਤਾਂ ਆਈ ਥਿੰਕ ਦੈਟ ਇਜ਼ ਮੱਚ ਬੈਟਰ ਇੱਕ ਮੈਮ ਅਸੀਂ ਦੇਖ ਰਹੇ ਹਾਂ ਕਿ ਤੁਹਾਡਾ ਗਲਾ ਵੀ ਬਹੁਤ ਖਰਾਬ ਹੋ ਚੁੱਕਿਆ ਹੈ ਮੁਲੱਠੀ ਖਾ ਰਹੇ ਹੋ ਹੈ ਨਾ ਆਵਾਜ਼ ਬੈਠ ਗਈ ਹੈ ਕੀ ਗੱਲ ਹੈ ਕਿ ਐਤਕੀ ਇੰਨੀ ਤਿਆਰੀ ਖਿੱਚੀ ਹੈ ਤੁਸੀਂ ਕਿ ਇਹਦੇ ਪਿੱਛੇ ਰੀਜ਼ਨ ਕੀ ਹੈ ਚੁਣੌਤੀ ਹੈ ਕਿਸੇ ਦੇ ਨਾਲ ਨਹੀਂ ਐਕਚੁਅਲੀ ਗਲੇ ਨੂੰ ਮੈਨੂੰ ਲੱਗਦਾ ਹੈ ਰੋਜ਼ ਦੇ 20-20 25-25 ਸਪੀਚਸ ਦੇਣ ਦੀ ਆਦਤ ਨਹੀਂ ਹੁੰਦੀ ਇੱਕ ਅੱਧੇ ਦਿਨ ਦੇ ਵਿੱਚ ਆਦਤ ਪੈ ਜੂਗੀ ਗਲਾ ਠੀਕ ਹੋ ਜੂਗਾ ਕਿਤੇ ਮਨ ਦੇ ਵਿੱਚ ਕੋਈ ਇੱਛਾ ਤਾਂ ਨਹੀਂ ਹੈ ਕਿਉਂਕਿ ਇਸ ਤੋਂ ਬਾਅਦ ਬਾਈ ਇਲੈਕਸ਼ਨਾਂ ਹੋਣਗੀਆਂ ਕਿਤੇ ਅੰਮ੍ਰਿਤਾ ਰਾਜਾ ਵੜਿੰਗ MLA ਬਣਨ ਦੀ ਸੋਚ ਰਹੇ ਹੋਣ ਦੇਖੋ ਮੇਰੇ ਦਿਮਾਗ 'ਚ ਇਹ ਗੱਲ ਬਿਲਕੁਲ ਨਹੀਂ ਆਈ ਮੈਂ ਤਾਂ ਇਸ ਚੀਜ਼ ਬਾਰੇ ਬਿਲਕੁਲ ਨਹੀਂ ਸੋਚਿਆ ਜੇ ਕਰ ਹੁੰਦਾ ਹੈ ਇਸ ਤਰ੍ਹਾਂ ਜੇ ਪਾਰਟੀ ਮੌਕਾ ਦਿੰਦੀ ਹੈ ਤਾਂ ਤੁਸੀਂ ਕਿਵੇਂ ਦੇਖਦੇ ਹੋ ਮੈਂ ਇਸ ਚੀਜ਼ ਬਾਰੇ ਸੋਚਿਆ ਹੀ ਨਹੀਂ ਅਜੇ ਓਨੈਸਟਲੀ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਮੈਂ ਇਸ ਚੀਜ਼ ਬਾਰੇ ਬਿਲਕੁਲ ਨਹੀਂ ਸੋਚਿਆ ਮੈਂ ਤਾਂ ਆਈ ਐਮ ਜਸਟ ਇਹ ਤਾਂ ਤੁਹਾਨੂੰ ਵੀ ਪਤਾ ਬਾਈ ਇਲੈਕਸ਼ਨ ਹੋਣਗੀਆਂ ਜਦੋਂ ਹੋਣਗੀਆਂ ਤੁਸੀਂ ਨਿੱਤਰ ਰਹੇ ਹੋ ਹੈ ਨਾ ਪ੍ਰਚਾਰ ਕਰ ਰਹੇ ਹੋ ਲੋਕਾਂ ਦੇ ਵਿਊਜ਼ ਲੈ ਰਹੇ ਹੋ ਅਤੇ ਜੇਕਰ ਪਾਰਟੀ ਵੱਲੋਂ ਜਾਂ ਤੁਹਾਡੇ ਵੀ ਮਨ ਦੇ ਵਿੱਚ ਹੋਏ ਤਾਂ ਤੁਸੀਂ ਕੀ ਉਤਰੋਂਗੇ MLA ਬਣਨ ਦੇ ਲਈ ਉਦੋਂ ਦੇਖਾਂਗੇ ਉਦੋਂ ਦੇਖਿਆ ਜਾਊਗਾ ਨੋ ਕਮੈਂਟਸ ਜੀ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਨੇ ਅਤੇ ਗਿੱਦੜਵਾਹਾ ਤੋਂ ਵਿਧਾਇਕ ਨੇ ਉਹਨਾਂ ਦੀ ਪਤਨੀ ਅੰਮ੍ਰਿਤਾ ਰਾਜਾ ਵੜਿੰਗ ਜਿਨ੍ਹਾਂ ਨੇ ਤਮਾਮ ਜਾਣਕਾਰੀ ਦਿੱਤੀ ਅਤੇ ਹੁਣ ਜਿਹੜਾ ਚੋਣ ਪ੍ਰਚਾਰ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਹੋਰ ਜਿਹੜੇ ਲੋਕਾਂ ਦੇ ਜਿਵੇਂ ਕਹਿ ਰਹੇ ਨੇ ਕਿ ਕੰਮ ਵਧੀਆ ਕਰਨਗੇ ਕੈਮਰਾਮੈਨ ਹੈਪੀ ਦੇ ਨਾਲ ਜੁਗਨੂ ਸ਼ਰਮਾ ਦੈਨਿਕ ਸਵੇਰਾ TV ਬਠਿੰਡਾ